ਖਡੂਰ ਸਾਹਿਬ ਤੋਂ ਬਾਅਦ ਅਕਾਲੀ ਦਲ ਨੇ ਹੁਣ ਜਲੰਧਰ ਲੋਕ ਸਭਾ ਸੀਟ ਦੇ ਲਈ ਵੀ ਆਪਣੇ ਪੱਤੇ ਖੋਲ ਦਿੱਤੇ ਨੇ। ਅਕਾਲੀ ਦਲ ਨੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਜਲੰਧਰ ਸਮਾਗਮ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਅਟਵਾਲ ਦੇ ਨਾਂ ਦਾ ਐਲਾਨ ਕਰ ਦਿੱਤਾ। ਇਸ ਰਾਖਵੇਂ ਹਲਕੇ ਦੇ ਲਈ ਅਕਾਲੀ ਦਲ ਦੇ ਟਿਕਟ ਦੇ ਦਾਅਵੇਦਾਰਾਂ ਦੇ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਰਹਿ ਚੁੱਕੇ ਅਟਵਾਲ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ, ਜਿਸ ਉੱਤੇ ਹੁਣ ਪਾਰਟੀ ਨੇ ਮੋਹਰ ਵੀ ਲਾ ਦਿੱਤੀ ਹੈ। ਅਟਵਾਲ ਸਾਹਿਬ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ। ਅਟਵਾਲ ਸਾਹਿਬ ਬੜੇ ਨੇਕ ਇਨਸਾਨ ਹੈ, ਬਹੁਤ ਵੱਡਾ ਇਹਨਾਂ ਦਾ ਐਕਸਪੀਰੀਅੰਸ ਹੈ। ਦੇਸ਼ ਦੇ ਪਾਰਲੀਮੈਂਟ ਦੇ ਡਿਪਟੀ ਸਪੀਕਰ ਰਹੇ ਹੈ, ਉਹਨਾਂ ਦਾ ਰਿਸਪੈਕਟ ਲੈਵਲ ਬੜਾ ਹੈ। ਉੱਥੇ ਜਦੋਂ ਜਾਣਗੇ ਇਸ ਇਲਾਕੇ ਦੇ ਕੋਈ ਵੀ ਕੰਮ ਹੋਏ, ਮਸਲਾ ਹੋਏ, ਭਾਵੇਂ ਇੰਡਸਟਰੀ ਨੂੰ ਹੋਏ, ਭਾਵੇਂ ਕੋਈ ਵਪਾਰ ਨੂੰ ਹੋਏ, ਕੋਈ ਗਰੀਬ ਦਾ ਕੰਮ ਹੋਏ, ਕਿਉਂਕਿ ਅਟਵਾਲ ਸਾਹਿਬ ਦੀ ਰਿਸਪੈਕਟ ਉੱਥੇ ਇੰਨੀ ਜ਼ਿਆਦਾ ਹੈ, ਕੋਈ ਵੀ ਉੱਥੇ ਮੰਤਰੀ ਕਿਸੇ ਵੀ ਪਾਰਟੀ ਦਾ ਹੋਏ ਇਹਨਾਂ ਨੂੰ ਨਾ ਨਹੀਂ ਕਰ ਸਕਦਾ। ਸਾਲ 2014 ਦੇ ਵਿੱਚ ਜਲੰਧਰ ਸੀਟ ਤੋਂ ਅਕਾਲੀ ਦਲ ਦੇ ਪਵਨ ਟਿੰਨ ਨੂੰ ਚੋਣ ਲੜੇ ਸਨ, ਜੋ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਤੋਂ ਹਾਰ ਗਏ ਸਨ। ਕਾਂਗਰਸ ਵੱਲੋਂ ਇਸ ਵਾਰ ਮੌਜੂਦਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਰਿਪੀਟ ਕਰਨ ਦੀ ਪੂਰੀ ਸੰਭਾਵਨਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਵਿੱਚੋਂ ਇੱਕ 81 ਸਾਲ ਦੇ ਚਰਨਜੀਤ ਅਟਵਾਲ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਜੋ ਐਮਰਜੈਂਸੀ ਦੇ ਦਿਨਾਂ ਦੇ ਵਿੱਚ ਜੇਲ੍ਹ ਵੀ ਕੱਟ ਚੁੱਕੇ ਨੇ। ਚਰਨਜੀਤ ਅਟਵਾਲ 14ਵੀਂ ਲੋਕ ਸਭਾ ਦੇ ਵਿੱਚ ਫਲੋਰ ਸੀਟ ਤੋਂ MP ਚੁਣੇ ਗਏ ਸਨ ਅਤੇ ਸਾਲ 2004 ਤੋਂ 2009 ਤੱਕ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ। ਅਟਵਾਲ ਪੰਜਾਬ ਵਿਧਾਨ ਸਭਾ ਦੇ ਵਿੱਚ 2 ਵਾਰ ਸਪੀਕਰ ਬਣੇ, ਪਹਿਲੀ ਵਾਰ 1997 ਤੋਂ 2002 ਅਤੇ ਦੂਜੀ ਵਾਰ 2012 ਤੋਂ 2017 ਤੱਕ। ਹਾਲਾਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਅਟਵਾਲ ਖੁਦ ਚੋਣ ਨਹੀਂ ਲੜੇ ਸਨ, ਉਹਨਾਂ ਦੇ ਵੱਡੇ ਬੇਟੇ ਇੰਦਰ ਇਕਬਾਲ ਸਿੰਘ ਲੁਧਿਆਣਾ ਦੀ ਰਾਏਕੋਟ ਸੀਟ ਤੋਂ ਚੋਣ ਲੜੇ, ਜੋ 3ਜੇ ਨੰਬਰ 'ਤੇ ਰਹੇ ਸਨ।